अटके चीत चल
कभी
जो राम नाम करे मिलना चाहना है।
मिलन चल लिया, पर मैं उन जानदा नहीं। गुरबाणी का एक शब्द आया सी कि मैं मिलना चाहना, मिलना चाहना। थां थां पूछ रहे हैं जिन्हों मैं मिलना चाहना वो कित्थे रहिंदा है, वो कित्थे रहिंदा है। अगले को पूछना जिन्हों मैं मिलना चाहना वो कित्थे रहिंदा है। किसी सियाने ने सवाल कर दिता भरिया, तू हर एक पूछ रहे हैं जिन्हों मैं मिलना चाहना वो कित्थे रहिंदा है। दस ये तो दस तू कि मिलना चाहना है। उस तो अगली गल कि जिन्हों तू मिलना चाहना है उनका नाम की, पछाणना। गुरबाणी अंदर शब्द है, मैं मिलन लई उपाव कर रहा, पर जिन्हों मिलना चाहना उन्हों तो मैं जानता ही नहीं, कदे देखे ही नहीं। उनके नाम भी वक्रे वक्रे ने, कोई कुछ कहता है कोई कहता है, कोई बोले राम राम, कोई खुदा है कोई सेवे गुसैया, कोई अल्लाह है कारण करम करीम कृपा धार रहीम। फिर उनके कोई एड्रेस का तेनों पता नहीं जी, वो भी मैं पता नहीं, कोई नावे तीरथ मिले, कोई हज जाए देखने ली, कोई करे पूजा, कोई सिर नहीं आए पर या। फिर मिलेगा कि शब्द की चोन मैं नहीं करता, खासकर आज के शब्द की, क्योंकि बाबा कबीर जी की बाणी की लड़ी चल रही। अगले तो अगले जेड़े दो श्लोक आते हैं मैं बदल नहीं सकता, वो ही विचार साझे करने होंगे, ते ना ही उन्होंने अर्थ मैं बदल सकना, मेरे को जरूरत अहंकार हाकी हाकी कोई नहीं। जे मेरे विचारों के अंदर किते हुए अर्थां दे अंदर किसी को कोई शंका होवे वो आप जाके देख सकता है इंटरनेट तो हर चीज मिल जाती। इसलिए कभी सोचना भी गुरबाणी कोई साढ़े लिए किसी के उत्ते कोई ढुकती, आखिर मनुखी जीवन का ही हिस्सा जरा वो ही गुरबाणी एक शीशा है। मैं कई बार कहना सच है, साची बाणी मीठी अमृतता। मैं एक अर्ज की सच कहते शीशे को मैं, क्योंकि शीशा कभी झूठ नहीं बोलता। उनके सामने जेड़ी चीज आएगी वो हू बहू उवे दस देगा, ना उन्हें कोई डरा सकता भी जे तू सच बोलेगा तेन मार देंगे,
ਨਾ ਹੀ ਉਹਨੂੰ ਕੋਈ ਲਾਲਚ ਦੇ ਕੇ ਗੁਮਰਾਹ ਕਰ ਸਕਦਾ ਹੈ ਵੀ ਜੇ ਤੂੰ ਮੇਰੇ ਆਖੇ ਨਹੀਂ ਲੱਗੇਗਾ, ਮੇਰੀ ਮਰਜ਼ੀ ਦਾ ਦਿਖਾਵਾ ਨਹੀਂ ਕਰੇਗਾ ਤਾਂ ਇਸ ਚੀਜ਼ ਤੋਂ ਵਿਰਵਾ ਰਹਿ ਜਾਏਗਾ, ਮੇਰੇ ਆਖੇ ਲੱਗੇਗਾ ਤੈਨੂੰ ਆਹ ਪੇਟ ਦੇਵਾਂਗੇ ਇੰਨੇ। ਸੱਚ ਨਾ ਲਾਲਚੀ ਹੁੰਦਾ, ਸੱਚ ਨਾ ਖੌਫ ਜ਼ਦਾ ਹੁੰਦਾ, ਸੱਚ ਉਤਰਦਾ। ਇਹ ਸਾਡੀ ਆਪਣੀ ਸੋਚ ਹੈ ਕਿ ਅਸੀਂ ਉਹਨੂੰ ਆਪਣੇ ਵਿਚਾਰਾਂ ਨਾਲ ਕੰਪੇਅਰ ਕਰਕੇ ਫੈਸਲਾ ਕਰ ਲਈਏ ਚੰਗਾ ਜਾਂ ਮੰਦਾ। ਗੁਰਬਾਣੀ ਨੇ ਸੱਚ ਕਹਿਣਾ। ਹੁਣ ਅੱਜ ਦੇ ਦੋ ਸਲੋਕ ਜਿਹੜੇ ਨੇ ਉਹ ਬੜੇ ਧਿਆਨ ਨਾਲ ਵਿਚਾਰਨਾ ਹੈ, ਕੋਈ ਇਹ ਨਾ ਸਮਝੇ ਮੈਂ ਕਿਸੇ ਲਈ ਪੜ੍ਹ ਰਿਹਾ। ਬੜੀ ਵਾਰ ਉਹਦੇ ਅਰਥ ਵੀ ਲਓ ਜ਼ਰਾ, ਫਿਰ ਦੁਬਾਰਾ ਉਹਨਾਂ ਸਲੋਕਾਂ ਨੂੰ ਪੜ੍ਹ ਲਈਏ। ਸਫ਼ਰ ਜੀਵਨ ਵਿੱਚ ਸ਼ੁਰੂ ਕਰ ਦੇਵੇ, ਸ਼ਰਤ ਇਹ ਹੈ ਕਿ ਉਹਦਾ ਟਿਕਾਣਾ ਜਾਣਦਾ ਹੋਵੇ, ਕਿਤੇ ਐਸਾ ਨਾ ਹੋਵੇ ਸਫ਼ਰ ਕਰਦਾ ਕਰਦਾ ਥੱਕ ਜਾਏ, ਐਡਰੈਸ ਦਾ ਪਤਾ ਹੀ ਨਾ ਹੋਵੇ। ਉਹਦੀ ਸ਼ਕਲੋ ਸੁਭਾਅ ਉਹਦੀ ਪਛਾਣ ਵੀ ਜ਼ਰੂਰ ਜਾਣਦਾ ਹੋਵੇ, ਮਤ ਜਿਹਨੂੰ ਮਿਲਣ ਚੱਲਿਆ ਉਹ ਮਿਲ ਵੀ ਜਾਏ ਤੇ ਪਛਾਣਾ ਨਾ। ਬਾਬਾ ਫਰੀਦ ਜੀ ਦੀ ਬਾਣੀ ਦਾ ਇੱਕ ਵਾਰ ਇੱਕ ਸਲੋਕ ਸਾਹਮਣੇ ਆਇਆ ਸੀ ਪ੍ਰਮਾਣ ਵਿੱਚ, ਹੈ ਬਿਰਕਾਬੇ ਹੋ ਜਾਏ ਥਾ ਕਬੀਰ ਵਿੱਚ, ਹਜ ਕਾਬੇ ਹੋ ਜਾਏ ਥਾ ਅੱਗੇ ਮਿਲਿਆ ਖੁਦਾਏ। ਮੈਂ ਕਾਬੇ ਦੀ ਜ਼ਿਆਰਤ ਲਈ ਜਾ ਰਿਹਾ ਸਾਂ, ਮੈਨੂੰ ਰਸਤੇ ਵਿੱਚ ਕੋਈ ਮਿਲਿਆ ਸਾਈ ਮੁਝ ਸਿਉਂ ਲੜਪ ਰਿਹਾ, ਉਹਨੇ ਮੈਨੂੰ ਪੁੱਛਿਆ ਕਿੱਧਰ ਚੱਲਿਆ, ਮੈਂ ਕਿਹਾ ਜੀ ਖੁਦਾ ਨੂੰ ਮਿਲਣ ਵਾਸਤੇ। ਉਹਨੇ ਆਖਿਆ ਕਿੱਧਰ ਚੱਲਿਆ, ਖੁਦਾ ਨੂੰ ਮਿਲਣ ਵਾਸਤੇ। ਕਿੱਥੇ ਜਾ ਰਹੇ ਹੈ? ਕਾਬੇ, ਉੱਥੇ ਉਹ ਵਸਦਾ ਹੈ। ਉਹ ਪੁੱਛਣ ਵਾਲਾ ਮੇਰੇ ਨਾਲ ਲੜ ਪਿਆ, ਕਹਿਣ ਲੱਗਾ ਤੈਨੂੰ ਕਿੰਨੇ ਆਖਿਆ ਮੈਂ ਕਾਬੇ ਦੀ ਮਸਜਿਦ ਵਿੱਚ ਹੀ ਕਹਿ ਦਾਂ, ਮੇਰਾ ਗਾਉਂ ਮੇਰਾ ਘਰ ਸਿਰਫ ਉਹ ਹੈ। ਇਸਦਾ ਮਤਲਬ ਮੈਂ ਜਾ ਜ਼ਰੂਰ ਰਿਹਾ ਪਰ ਪਤਾ ਨਹੀਂ। ਅਣਜਾਣ ਆਦਮੀ ਕਿਸੇ ਕਾਰਜ ਵਿੱਚ ਵੀ ਜੇ ਸਫਲ ਨਹੀਂ ਹੁੰਦਾ ਤਾਂ ਉਸਦੀ ਅਣਜਾਣਤਾ ਜਿਹੜੀ ਹੈ ਉਹ ਕੰਮ ਕਰਦੀ ਹੈ। ਮਨੁੱਖ ਨੂੰ ਜੋ ਕੰਮ ਜੋ ਕਾਜ ਚਿੱਤ ਵਿੱਚ ਲੈ ਕੇ ਫੈਸਲਾ ਕਰੇ ਉਹਦੇ ਪ੍ਰਤੀ ਬਹੁਤ ਕੁਝ ਜਾਣ ਲੈਣਾ ਜ਼ਰੂਰੀ ਹੈ। ਜੇ ਸਧਾਰਨ ਕੰਮਾਂ ਵਿੱਚ ਜ਼ਰੂਰੀ ਹੈ, ਆਪਾਂ ਕਿਸੇ ਆਮ ਮਿੱਤਰ ਨੂੰ ਮਿਲਣ ਜਾਣਾ ਹੋਵੇ ਤੇ ਉਹਦਾ ਐਡਰੈਸ ਕਹੀਦਾ, ਫੋਨ ਤੇ ਕਹੀਦਾ ਵੀ ਮੈਨੂੰ ਐਡਰੈਸ ਲਿਖਾ ਦੇ, ਐਡਰੈਸ ਲਿਖਾ ਦੇ, ਪਰ ਆਪਣੇ ਕੰਪਿਊਟਰ ਤੋਂ ਪਾ ਲਈਦਾ ਕਿਤੇ ਭੁੱਲ ਨਾ ਜਾਵਾਂ। ਜੇ ਭਲਾ ਕੋਈ ਆ ਰਿਹਾ ਹੋਵੇ ਤੇ ਉਹਨੂੰ ਅਸੀਂ ਨਾ ਪਛਾਣਦੇ ਹੋਈਏ ਤੇ ਆਖੀਦਾ ਮੈਂ ਤੈਨੂੰ ਕਿਵੇਂ ਅੱਗੋਂ ਰਿਸੀਵ ਕਰਾਂਗਾ ਕਿਉਂਕਿ ਤੈਨੂੰ ਮੈਂ ਪਛਾਣਦਾ ਨਹੀਂ, ਤਾਂ ਫਿਰ ਉਹ ਦੱਸਦਾ ਮੈਂ ਇਹੋ ਜਿਹੇ ਕੱਪੜੇ ਪਾ ਕੇ ਆਵਾਂਗਾ,
ਇਸ ਰੰਗ ਦੀ ਮੇਰੀ ਪੱਗ ਬਣਨੀ ਹੋਵੇਗੀ। ਬਸ ਕੋਈ ਪਛਾਣ ਤੇ ਕੋਈ ਹੋਣੀ ਚਾਹੀਦੀ ਹੈ। ਜੇ ਸੰਸਾਰ ਦੇ ਕਿਸੇ ਮਨੁੱਖ ਨੂੰ ਮਿਲਣ ਲਈ ਇਹ ਸਾਰੀਆਂ ਸ਼ਰਤਾਂ ਨੇ ਤੇ ਭਲਿਆ ਗੱਲ ਹੋਵੇ ਰੱਬ ਨੂੰ ਮਿਲਣ ਦੇ। ਰੱਬ ਪ੍ਰਤੀ ਤੂੰ ਜਾਣਦਾ ਹੀ ਨਾ ਹੋਵੇ, ਰੱਬ ਨੂੰ ਤੂੰ ਪਛਾਣਦਾ ਹੀ ਨਾ ਹੋਵੇ, ਰੱਬ ਦੇ ਐਡਰੈਸ ਦਾ ਵੀ ਤੈਨੂੰ ਪਤਾ ਨਾ ਹੋਵੇ, ਤੇ ਲੋਕਾਂ ਨੂੰ ਆਖੇ ਮੈਂ ਰੱਬ ਨੂੰ ਮਿਲਣ ਚਲ ਗਿਆ। ਲਓ ਇਸ ਸਲੋਕ ਨੂੰ ਜ਼ਰਾ ਫਿਰ ਪੜ੍ਹੋ। ਹੁਣ ਇਹੋ ਜਿਹਾ ਕੋਈ ਮਨੁੱਖ ਜਦੋਂ ਰੱਬ ਨੂੰ ਮਿਲਣ ਦੀ ਗੱਲ ਕਰੇਗਾ, ਦੁਨੀਆਂ ਦਾ ਹਰ ਮਨੁੱਖ ਮਿਲਣਾ ਚਾਹੁੰਦੇ, ਇਸ ਵਿੱਚ ਗੁਨਾਹ ਕੋਈ ਨਹੀਂ। ਚੰਗੀ ਗੱਲ ਹੋਣ ਕਰਕੇ ਹਰ ਕੋਈ ਚਾਹੁੰਦਾ ਹੈ। ਜੇ ਤੁਸੀਂ ਆਖੋ ਮੈਂ ਰੱਬ ਨੂੰ ਮਿਲਣ ਚੱਲਿਆ ਤੇ ਮੇਰੇ ਮਨ ਦਾ ਸ਼ਰਧਾ ਤੇ ਆਏਗੀ ਵੀ ਤੁਸੀਂ ਬੜੇ ਮਹਾਨ ਹੋ, ਰੱਬ ਨੂੰ ਮਿਲਣ ਚੱਲ। ਮੇਰਾ ਵੀ ਦਿਲ ਕਰਦਾ ਵੀ ਮੈਨੂੰ ਨਾਲ ਲੈ ਚੱਲੋ, ਮੈਂ ਤੁਹਾਡੇ ਪਿੱਛੇ ਪਿੱਛੇ ਤੁਰਿਆ ਜਾਵਾਂਗਾ। ਇਹੀ ਕਹਾਂਗੇ ਮੈਂ ਨਹੀਂ ਮਿਲਣਾ ਚਾਹੁੰਦਾ, ਕਿਹੜਾ ਰੱਬ ਨੂੰ ਨਹੀਂ ਮਿਲਣਾ ਚਾਹੁੰਦਾ, ਹਰ ਕੋਈ ਮਿਲਣਾ ਚਾਹੁੰਦਾ। ਜਦੋਂ ਕੋਈ ਇਹ ਕਹਿ ਦਿੰਦਾ ਹੈ ਕਿ ਮੈਂ ਰੱਬ ਨੂੰ ਮਿਲਣ ਚੱਲਿਆ, ਉਹਦੇ ਕੋਲ ਕੋਈ ਪੁੱਛੇ ਕਿਵੇਂ ਚੱਲਿਆ? ਆ ਵੇਖ ਲਓ ਮੈਂ ਘਰ ਛੱਡ ਦਿੱਤਾ, ਜਿਹਨਾਂ ਨੇ ਘਰ ਛੱਡ ਦਿੱਤਾ ਲੋਕ ਸਮਝਣ ਲੱਗ ਪਏ ਰੱਬ ਨੂੰ ਮਿਲਣ ਚੱਲੇ ਨੇ। ਸਾਡੀ ਨਿਗਾਹ ਵਿੱਚ ਉਹ ਲੋਕ ਕਿੰਨੇ ਮਹਾਨ ਹੋ ਗਏ ਜਿਹਨਾਂ ਘਰ ਛੱਡ ਦਿੱਤਾ। ਹਾਲਾਂਕਿ ਗੁਰੂ ਨੇ ਬਾਣੀ ਵਿੱਚ ਇਹ ਕਹਿ ਦਿੱਤਾ ਇਸ ਭੇਖੇ ਤਾਂ ਗ੍ਰਿਹ ਭਲਾ ਜਿੱਥੋਂ ਕੋ ਵਰਸਾਏ। ਮਨੁੱਖ ਨੇ ਵਿਸ਼ਵਾਸ ਕਰ ਲਿਆ ਵੀ ਰੱਬ ਨੂੰ ਮਿਲਣ ਵਾਲਿਆਂ ਦੇ ਭਗਵੇਂ ਕੱਪੜੇ ਹੁੰਦੇ ਨੇ। ਲੋਕ ਕਿਸ ਤਰ੍ਹਾਂ ਸੰਸਾਰ ਅੰਦਰ ਇੱਕ ਇਸ਼ੂ ਲੈ ਕੇ ਤੁਰੇ, ਇਹ ਸਾਧ ਲਫ਼ਜ਼ ਕਿੱਥੋਂ ਪੈਦਾ ਹੋਇਆ, ਡੇਰੇ ਲਫ਼ਜ਼ ਕਿੱਥੋਂ ਪੈਦਾ ਹੋਏ, ਇਹ ਭੇਖਧਾਰੀ ਲੋਕ ਕਿਵੇਂ ਪੈਦਾ ਹੋਏ? ਉਹਦਾ ਕਾਰਨ ਇਹ ਸੀ ਕਿਉਂਕਿ ਨਾ ਤਾਂ ਰੱਬ ਦਾ ਲਿਆ, ਰੱਬ ਨੂੰ ਹਰ ਕੋਈ ਮਿਲਣਾ ਚਾਹੁੰਦਾ, ਉਹਦੇ ਮਨ ਅੰਦਰ ਸ਼ਰਧਾ ਪੈਦਾ ਹੋ ਜਾਂਦੀ, ਅਸੀਂ ਆਖੀਏ ਅਸੀਂ ਰੱਬ ਨੂੰ ਮਿਲਣ ਚੱਲੇ, ਤੇ ਕਿਸੇ ਨੂੰ ਵਿਸ਼ਵਾਸ ਦਵਾਉਣ ਲਈ ਕੁਝ ਵੱਖਰਾ ਪਨ ਕਰਨਾ ਪਿਆ, ਘਰ ਛੱਡ ਦਿੱਤਾ, ਕਿਸੇ ਨੇ ਆਖਿਆ ਕਿਉਂ ਛੱਡਿਆ, ਰੱਬ ਨੂੰ ਮਿਲਣਾ ਚਾਹੁੰਦੇ। ਰੱਬ ਨੂੰ ਉਹਨਾਂ ਆਖਿਆ ਬਹੁਤ ਚੰਗਾ ਹੈ, ਬੜਾ ਮਹਾਨ ਹੈ, ਇਹਨੇ ਘਰ ਛੱਡਿਆ ਰੱਬ ਨੂੰ ਮਿਲਣ ਵਾਸਤੇ। ਨਤੀਜਾ ਨਿਕਲਿਆ, ਇੱਕ ਕੰਸੈਪਟ ਬਣ ਗਿਆ, ਜਿਹੜਾ ਘਰ ਬਾਰ ਛੱਡ ਦੇਵੇ ਉਹ ਰੱਬ ਨੂੰ ਮਿਲਣ ਵਾਲਾ ਹੈ, ਇਸ ਲਈ ਸਾਡੇ ਮਨ ਅੰਦਰ ਉਹਦਾ ਸਤਿਕਾਰ ਹੈ। ਬਸ ਭਾਵੇਂ ਉਹ ਘਰ ਨਾਲੋਂ 10 ਗੁਣਾ ਵੱਡਾ ਡੇਰਾ ਬਣਾ ਲਓ, ਪਰ ਘਰ ਛੱਡਿਆ। ਇਸ ਲਈ ਸਾਨੂੰ ਇੱਕ ਕੰਸੈਪਟ ਮਿਲ ਗਿਆ ਵੀ ਜਿਹੜਾ ਘਰ ਛੱਡਦਾ ਹੈ ਉਹ ਜ਼ਰੂਰ ਰੱਬ ਨੂੰ ਮਿਲਣਾ ਚਾਹੁੰਦਾ। ਭੇਖ ਬਣਾਉਂਦਾ ਉਹ ਜ਼ਰੂਰ ਰੱਬ ਨੂੰ ਮਿਲਣਾ ਚਾਹੀਦਾ। ਹਾਲਾਂਕਿ ਗੁਰੂ ਨੇ ਬਾਣੀ ਵਿੱਚ ਇਹ ਕਹਿ ਦਿੱਤੇ ਜਿਹੜਾ ਸਰੀਰ ਤੇ ਸੋਹਾ ਮਲ ਕੇ ਧੋਣੀ ਤਪਾ ਕੇ ਬੈਠਾ ਹੋਵੇ ਉਹਨੂੰ ਲੋਕ ਮੱਥੇ ਟੇਕਣ ਲੱਗ ਪਏ, ਕਿਉਂ? ਕਿਉਂਕਿ ਰੱਬ ਪ੍ਰਸਤ ਹੈ, ਨਿਸ਼ਾਨੀ ਬਣ ਗਈ। ਕਿਸ ਲਈ ਬਣਿਆ?
क्योंकि दुनिया का हर मनुख रब नूं मिलना चाहता है, हर मनुख की चाहत है, कोई नवी गल है नहीं। उनका नतीजा यह निकलिया जिन्होंने घर छड़िया, ग्रस्त त्यागिया, कारोबार त्यागिया, बिहार छड़े, कोई ना कोई भेख बनाया, ते इस ख्याल नाल बनाया, ये कह के बनाया कि असी रब नू मिलना है। हम केडी अजीब गल है, रब नू वो आप भी नहीं जानते, रब उन्हें भी नहीं वेख्या, हम घरों तुर पैना इन्ना कुछ करके इन्ना दस के, ते अगर आप नू पता ही ना होना कितने जाना है। ये हालत बन गई। दो श्लोक ने नाल दे बिल्कुल बाबा कबीर जी बड़ा खोल के इस कंसेप्ट को बाबा कबीर जी ने रखे। उन्हें होया ये कि जो उसने आख्या ना भी मैं रब नू मिलन जाना है, कि बहुते लोग रब नू मिलना चाहते हैं, ऐसी तुसी भी चाहते हैं, जे सानू कोई आख दे चलो मैं चलिया रब नू मिलन वास्ते, असीं नहीं पिछे तुर पवांगे। जिन्होंने ये आख्या आओ मैं तुहानू दसा कि रब कित्थे है, कुछ लोग पिछे तुर पए, उन्हां वाल वेख के होर तुर पए, जिन्हां नूं असीं लफ्ज़ां विच दूजे लफ्ज़ां विच आखने दा चेले चेले किवें बणदे, सिख किवें बणदे, उन्हां दा दोष नहीं हुंदा, उन्हां नूं तां इक चाहत हुंदी है जे रब नूं इह मिलदा है, जे इहनूं पता है रब की, सानूं नहीं पता होना चाहीदा। इहो लोग इकट्ठे होने शुरू हो गए, इक ना होए दो ना होए एक दूजा वेख वेख, बहुत सारे चेले इकट्ठे हो गए, सिख बहुते बन गए। हम जिहड़ा अगे लग के तुरिया सी सोची पै गया भी मैं ये आख के तुरिया इन्हां नूं कि मैं रब परस्ती वाले रब नूं वेखन चलिया, रब नूं मिलन चलिया, ते पता मैनू नहीं अजे तक कोई नहीं रब की है। जे ये मेरे को पुछन कि सानू दस रब कित्थे है, कियो जे है, ते की जवाब देंगा। ब्राह्मण नूं भी कदे किसी ने पुछिया सी तेरा भगवान कित्थे है, ते ब्राह्मण ने उस पुजारी ने एक तरीका अख्तियार किया, सू पता सी इन्हां लोगों ने किहड़ा वेख्या मेरे आखा ही मन्निया ना, उन्हें पत्थर की मूर्ति बना के अगे रख दी, कह लगे आज भगवान लोग उस गल मन लग पे, लोग उस गल मन लग पे, क्योंकि आप तो जानते नहीं सन जो कुछ उस आगू ने कहना से वो ही मनना से, आप तो जानते नहीं सन। लोग पत्थर की पूजा कर लग गुरु सब ने बाणी अंदर आख्या, सतगुरु ने बाणी में आख्या, कह लगे मैं देख दती हाँ, नारद कहा से पूज कराई, अंधे गूंगे अंध अंधार, पाथर ले पूजे मुगध गवार, पाथर पूजे मोल ले मन अठ तीर्थ जाए, देखा देखी स्वांगधार, देखा देखी सारिया ने रूप बना लिया, क्योंकि संसार अंदर देखा देखी की आदत ज्यादा होती है, जिन्हों से पेट चाल रखने देखा देखी की आदत ज्यादा होगी। नतीजा ही निकलिया कि वो एक दूजे वाल वेख वेख के ही इकट्ठे होंदे गए, सारे मूर्ति पूजा वाले पासे लग पे, संसार अंदर मूर्ति पूजा किवें शुरू हुई, उस वक्त दे ब्राह्मण पुजारी ने इस पासे ला लिया। हुण अज की सी, हुण जमाना बदल गया, स्याणे लोग अगे वांगू मूर्ति पूजा पत्थर की पूजा वाल नहीं लगते, हुण मत जिहड़ी अकल जिहड़ी अपग्रेड हो गई, अगे नाल सियाने हो गए, हुण दसण वाले ने भी सोचे पै गया भी मैं हुण अज मेरे कोलों कोई पुछे तू किस भगवान नूं किस रब नूं मिलन चलिया, तू रब वेख्या ते मैं की जवाब देंगा, उन्हें तो पत्थर की मूर्ति कह दिता सी, अज तां लोगां ने मन्नण नहीं। अज दा पुजारी भी बड़ा स्याणा निकलिया, उन्हें आख्या ठीक है मैं इन्हां नूं बदलवां रब दसां,
ਤੇ ਗੱਲ ਵੀ ਉਹਨੇ ਬੜੀ ਸੋਚ ਕੇ ਕੀਤੀ। ਉਹਨੇ ਆਖਿਆ ਮੇਰੇ ਲਈ ਤਾਂ ਇਹੋ ਹੀ ਰੱਬ ਨੇ, ਮੈਨੂੰ ਕਿੱਥੋਂ ਕਿਸੇ ਰੱਬ ਨੇ ਲਿਆ ਕੇ ਏਡਾ ਵੱਡਾ ਡੇਰਾ ਬਣਾ ਕੇ ਦੇਣਾ ਸੀ, ਮੇਰੇ ਲਈ ਤਾਂ ਇਹੋ ਹੀ ਰੱਬ ਨੇ ਜਿਹੜੇ ਮੇਰੇ ਦੁਆਲੇ ਇਕੱਠੇ ਹੋਏ, ਇਹਨਾਂ ਨੇ ਮੇਰੀ ਇੰਨਾ ਇੰਨਾ ਮੇਰੇ ਲਈ ਇੰਨਾ ਡੱਬਰ ਕੀਤਾ। ਕਹਿਣ ਲੱਗਾ ਜੇ ਤੁਸੀਂ ਹੀ ਰੱਬ ਹੋ, ਲਓ ਫਰਕ ਕੀ ਪੈ ਗਿਆ, ਤੁਸੀਂ ਸਭ ਕੁਝ ਕਰ ਸਕਦੇ ਹੋ, ਮੈਨੂੰ ਕਿਸੇ ਆਪ ਨੂੰ ਵੀ ਹੋਰ ਰੱਬ ਦੀ ਲੋੜ ਨਹੀਂ, ਮੈਂ ਤੁਹਾਨੂੰ ਵੇਖਿਆ ਤੇ ਤੁਸੀਂ ਮੇਰਾ ਰੱਬ ਹੋ। ਗੱਲ ਵੀ ਉਹਦੀ ਸੀ ਦਰੁਸਤ ਗੱਲ ਸੀ, ਕੋਈ ਹੋਰ ਰੱਬ ਆ ਕੇ ਇੰਨਾ ਕੁਝ ਬਣਾ ਕੇ ਦੇ ਸਕਦਾ ਸੀ, ਉਹਨੇ ਤਾਂ ਉਹਨੇ ਮਲਾਓ ਕਹਿਣਾ ਸ਼ੁਰੂ ਕਰ ਦਿੱਤਾ ਤੁਸੀਂ ਮੇਰਾ ਰੱਬ ਹੋ। ਹੋਰ ਖੁਸ਼ ਹੋ ਗਿਆ, ਸਾਨੂੰ ਇਹਨੇ ਰੱਬ ਨੇੜੇ ਵਿਖਾ ਦਿੱਤਾ, ਹੋਰ ਕਿਸੇ ਰੱਬ ਨੂੰ ਢੂੰਢਣ ਦੀ ਲੋੜ ਹੀ ਨਹੀਂ, ਮੈਨੂੰ ਹੋਰ ਕੋਈ ਰੱਬ ਭਾਲਣ ਦੀ ਲੋੜ ਹੀ ਨਹੀਂ। ਲਓ ਇੱਥੋਂ ਸ਼ੁਰੂ ਹੋਇਆ ਦੁਕਾਨ, ਨਤੀਜਾ ਕੀ ਨਿਕਲਿਆ ਵੀ ਘਰੋਂ ਤਾਂ ਚੱਲਿਆ ਸੀ ਰੱਬ ਨੂੰ ਮਿਲਣ ਦੀ ਗੱਲ ਲੈ ਕੇ, ਪਰ ਆਪ ਉਹਨਾਂ ਸਿੱਖ ਸਾਖਾ ਚੇਲਿਆਂ ਵਿੱਚ ਕਰਕੇ ਉਹਨਾਂ ਨੂੰ ਸੰਤੁਸ਼ਟ ਕਰਨ ਲਈ, ਉਹਨਾਂ ਨੂੰ ਉਹਨਾਂ ਦਾ ਰੱਬ ਵਿਖਾਉਣ ਲਈ ਉੱਥੇ ਹੀ ਟਿਕ ਗਿਆ ਕਿ ਜਾਣ ਦੀ ਹੁਣ ਲੋੜ ਹੀ ਨਹੀਂ। ਬਾਬਾ ਕਬੀਰ ਜੀ ਨੇ ਵੀ ਇਹੋ ਗੱਲ ਰੱਖ ਦਿੱਤੀ, ਕਹਿਣ ਲੱਗੇ ਸਿੱਖ ਸਾਖਾ ਮੋਤੇ ਕੀ, ਚੱਲਿਆ ਸੀ ਰੱਬ ਨੂੰ ਮਿਲਣ ਤੇ ਉਹਨਾਂ ਵਿੱਚ ਆਪਣੇ ਚੇਲਿਆਂ ਵਿੱਚ ਹੀ ਰੱਬ ਨੂੰ ਵੇਖ ਕੇ ਉਹਨਾਂ ਦੀ ਗਿਣਤੀ ਵਿੱਚ ਹੀ ਪੈ ਗਿਆ ਮੇਰੇ ਕੋਲ ਕਿੰਨੇ ਕੁ ਰੱਬ ਨੇ, ਇੰਨੇ ਰੱਬ ਤਾਂ ਕਿਸੇ ਕੋਲ ਵੀ ਨਹੀਂ ਜਿੰਨੇ ਮੇਰੇ ਕੋਲ ਨੇ। ਭਲਿਆ ਤੂੰ ਵੀ ਰੱਬ, ਤੂੰ ਵੀ ਰੱਬ, ਤੂੰ ਵੀ ਰੱਬ, ਵਾਰ ਵਾਰ ਰੱਬ ਕਹੀ ਗਿਆ ਤੁਹਾਡੇ ਵਿੱਚ ਹੀ, ਬਸ ਇੰਨੇ ਰੱਬ ਤਾਂ ਕਿਸੇ ਕੋਲ ਵੀ ਨਹੀਂ, ਉਹਨਾਂ ਦੀ ਗਿਣਤੀ ਵਿੱਚ ਹੀ ਪੈ ਗਿਆ। ਬਾਬਾ ਕਬੀਰ ਨੇ ਆਖਿਆ, ਕਹਿਣ ਲੱਗੇ ਕਬੀਰ ਸਿੱਖ ਸਾਖਾ ਬਹੁਤ ਕੀ, ਕਬੀਰ ਸਿੱਖ ਸਾਖਾ ਬਹੁਤ ਕੀ, ਕੇ ਸੋ ਕੀਓ ਨਮੀ। ਹੁਣ ਰੱਬ ਭੁੱਲੀ ਗਿਆ, ਰੱਬ ਭੁੱਲੀ ਗਿਆ ਕੇ ਸੋ ਕੀਓ ਨਮੀ, ਜਿਸ ਮਿੱਤਰ ਨੂੰ ਮਿਲਣ ਚੱਲਿਆ ਸੀ ਉਹ ਭੁੱਲੀ ਗਿਆ, ਇਹੋ ਹੀ ਮੇਰਾ ਰੱਬ ਬਣਿਆ ਜਿੰਨਾ ਮੇਰੇ ਲਈ ਇੰਨਾ ਕੁਝ ਕਰ ਦਿੱਤਾ, ਉਹ ਭੁੱਲਿਓ ਤੁਸੀਂ ਰੱਬ ਹੋ ਬਸ। ਚੱਲ ਇੱਥੇ ਹਰ ਮਿਲਣ ਕੋ, ਘਰੋਂ ਤਾਂ ਨਿਕਲਿਆ ਸੀ ਰੱਬ ਦਾ ਨਾਮ ਲੈ ਕੇ, ਚੱਲ ਇੱਥੇ ਹਰ ਮਿਲਣ ਕੋ ਵਿੱਚੇ ਅਟਕਿਓ ਚੀਤ। ਬਸ ਹੁਣ ਸਾਖਾ ਸਿੱਖ ਸਾਖਾ ਦੀ ਬਹੁਤੀ ਤਾਦਾਦ ਨੇ, ਗਿਣਤੀਆਂ ਗਿਣਤੀ ਵਿੱਚ ਬਹੁਤੇ ਰੱਬ ਵੇਖਣ ਨਾਲ ਉੱਥੇ ਹੀ ਰੁਕ ਗਿਆ, ਬਸ ਹੁਣ ਮੈਨੂੰ ਅੱਗੇ ਹੋਰ ਕਿਸੇ ਰੱਬ ਦੀ ਲੋੜ ਹੀ ਨਹੀਂ। ਹੁਣ ਕਹਿੰਦਾ ਮੈਨੂੰ ਅੱਗੇ ਹੁਣ ਕਿਸੇ ਰੱਬ ਦੀ ਲੋੜ ਹੀ ਨਹੀਂ, ਬਸ ਤੁਸੀਂ ਅਸੀਂ ਰੱਬ, ਚੱਲ ਇੱਥੇ ਹਰ ਮਿਲਣ ਵਿੱਚੇ ਅਟਕਿਓ ਚੀਤ, ਵਿੱਚ ਹੀ ਰੁਕ ਗਿਆ। ਅਗਲੇ ਸਲੋਕ ਵਿੱਚ ਬਾਬਾ ਕਬੀਰ ਜੀ ਨੇ ਦੁਨੀਆਂ ਨੂੰ ਮੁਖਾਤਬ ਕਰਕੇ ਐਸੇ ਘਰ ਬਾਰ ਗ੍ਰਸਤ ਨੂੰ ਛੱਡ ਕੇ ਸੰਸਾਰ ਨੂੰ ਰੱਬ ਨੂੰ ਮਿਲਣ ਮਿਲਾਉਣ ਦੀਆਂ ਗੱਲਾਂ ਕਰਕੇ ਘਰੋਂ ਨਿਕਲੇ ਤੇ ਸਿੱਖ ਸਾਖਾ ਚੇਲਿਆਂ ਦੇ ਬਹੁਤ ਸਾਰੇ ਇਕੱਠ ਵਿੱਚ ਬੈਠ ਕੇ ਰੱਬ ਨੂੰ ਭੁੱਲ ਗਏ, ਉਹਨਾਂ ਨੂੰ ਹੀ ਰੱਬ ਮੰਨਣ ਵਾਲੇ ਲੋਕਾਂ ਦੀ ਗੱਲ ਬੜੀ ਖੋਲ੍ਹ ਕੇ ਦੱਸੀ। ਅਗਲੇ ਸਲੋਕ ਵਿੱਚ ਕਹਿਣ ਲੱਗੇ ਦੁਨੀਆਂ ਦੇ ਲੋਕੋ ਦੇਖਿਓ ਕਿਤੇ ਇਹਨਾਂ ਲੋਕਾਂ ਦੇ ਸਹਾਰੇ ਰੱਬ ਪ੍ਰਭੂ ਜਿਹੜਾ ਬਹੁਤ ਉੱਚਾ ਹੈ ਉਹਦੇ ਤੱਕ ਪਹੁੰਚ ਦੀ ਆਸ ਨਾ ਰੱਖਿਓ। ਬਾਬਾ ਕਬੀਰ ਜੀ ਦਾ ਅਗਲਾ ਸਲੋਕ ਕਹਿਣ ਲੱਗੇ ਇਹਨਾਂ ਲੋਕਾਂ ਦੇ ਸਹਾਰੇ ਜਿਹੜੇ ਘਰੋਂ ਤਾਂ ਰੱਬ ਦਾ ਨਾਮ ਲੈ ਕੇ ਤੁਰਦੇ ਨੇ ਪਰ ਸਿੱਖਾਂ ਨੂੰ ਸਿੱਖ ਸੰਗਤਾਂ ਨੂੰ ਆਪਣੇ ਲੋਕਾਂ ਨੂੰ ਵੀ ਰੱਬ ਬਣਾ ਕੇ ਬਹਿ ਜਾਂਦੇ ਨੇ, ਅੱਗੇ ਨਹੀਂ ਜਾਂਦੇ, ਅੱਗੇ ਨਹੀਂ ਵੱਧਦੇ। ਕਹਿੰਦੇ ਨੇ ਭਲਿਓ ਇਹਨਾਂ ਲੋਕਾਂ ਦੇ ਸਹਾਰੇ ਰੱਬ ਤੱਕ ਪਹੁੰਚ ਦੀ ਆਸ ਨਾ ਰੱਖੋ, ਉਹ ਪ੍ਰਭੂ ਉੱਚਾ ਹੈ ਉਹਦੇ ਲਈ ਅਵਸਥਾ ਉੱਚੀ ਚਾਹੀਦੀ ਹੈ।
ਪਰ ਕਹਿਣ ਲੱਗੇ ਇਹ ਲੋਕਾਂ ਦੀ ਹਾਲਤ ਕੀ ਹੈ। ਬਾਬਾ ਕਬੀਰ ਜੀ ਦਾ ਅਗਲਾ ਸ਼ਲੋਕ ਕਹਿਣ ਲੱਗੇ ਇਹ ਠੀਕ ਹੈ ਕਿ ਕੋਈ ਜ਼ਰੀਆ ਹੈ, ਕੋਈ ਕਾਰਨ ਹੈ ਕਿਸੇ ਨੂੰ ਮਿਲਣ ਦਾ, ਕੋਈ ਸਾਧਨ ਬਣਨ ਦਾ ਹੈ। ਗੁਰੂ ਨੇ ਵੀ ਬਾਣੀ ਵਿੱਚ ਆਖਿਆ ਕਿ ਸਾਧੂ ਜਿਹੜਾ ਹੈ, ਸੰਤ ਜਿਹੜਾ ਹੈ, ਮਹਾਂਪੁਰਸ਼ ਜਿਹੜਾ ਹੈ, ਭਲਾ ਪੁਰਸ਼ ਜਿਹੜਾ ਹੈ, ਉਹ ਰੱਬ ਦੇ ਰਾਹ 'ਤੇ ਜੇ ਸੱਚੇ ਦਿਲੋਂ ਚੱਲਿਆ ਹੈ, ਜੇ ਉਹਦੇ ਰਾਹ ਵਿੱਚ ਹੋਰ ਕੋਈ ਰੁਕਾਵਟ ਨਹੀਂ ਤਾਂ ਰੱਬ ਨੂੰ ਮਿਲਣ ਦਾ ਰਾਹ ਉਹਦੀ ਸੰਗਤ ਹੈ। ਗੁਰਬਾਣੀ ਨੇ ਵੀ ਮੰਨ ਲਿਆ। ਪਰ ਕਹਿਣ ਲੱਗੇ ਉਹ ਜਿਹੜਾ ਆਪ ਵਿੱਚ ਨਾ ਅਟਕੇ, ਜਿਹੜਾ ਆਪ ਵਿੱਚ ਨਾ ਅਟਕੇ। ਕਹਿਣ ਲੱਗੇ ਪਰ ਮੈਨੂੰ ਇਸ ਸਮਾਜ ਵਿੱਚ ਇਹੋ ਜਿਹਾ ਕੋਈ ਨਹੀਂ ਦਿਸਦਾ। ਡੇਰੇ ਬੜੇ ਨੇ, ਭੇਖ ਬੜੇ ਨੇ, ਸਾਧ ਬੜੇ ਨੇ, ਮਰਿਆਦਾ ਬੜੀਆਂ ਨੇ, ਪਰ ਜਦੋਂ ਮੈਂ ਉਹਨਾਂ ਸਾਰਿਆਂ ਵੱਲ ਦੇਖਣਾ ਨਾ। ਬਾਬਾ ਕਬੀਰ ਜੀ ਨੇ ਅਗਲਾ ਸਲੋਕ ਆਖਿਆ, ਕਹਿਣ ਲੱਗੇ ਅਸੀਂ ਤਾਂ ਸਮਝਦੇ ਸਾਂ ਸਾਨੂੰ ਰੱਬ ਨੂੰ ਮਿਲਣ ਦਾ ਇਹੋ ਜ਼ਰੀਆ ਨੇ, ਕਾਰਨ ਨਹੀਂ। ਜ਼ਰੀਏ ਦਾ ਮਤਲਬ ਵੀ ਹੁੰਦਾ ਕਾਰਨ, ਜਿਸ ਕਾਰਨ ਜਿਸ ਰਸਤੇ ਸਾਨੂੰ ਮਿਲੇ। ਤੇ ਬਾਬਾ ਕਬੀਰ ਅਗਲੀ ਲਾਈਨ ਦੇ ਵਿੱਚ ਕਹਿਣ ਸਲੋਕ ਵਿੱਚ ਕਹਿਣ ਲੱਗੇ, ਕਬੀਰ ਕਾਰਨ ਬੱਪਰਾ ਕਿਆ ਕਰੇ। ਉਹ ਭਲੇ ਉਹ ਜ਼ਰੀਆ ਉਹ ਕਾਰਨ ਕੀ ਕਰੇਗਾ ਜੇ ਪ੍ਰਭੂ ਦੀ ਰਹਿਮਤ ਨਾਲ ਨਾ ਹੋਵੇ। ਜਿਸ ਰੱਬ ਨੂੰ ਮਿਲਣਾ ਦੁਨੀਆਂ ਲੋਚਦੀ ਹੈ, ਕਿਉਂ ਲੋਚਦੀ ਹੈ? ਉਹਦੇ ਅੱਗੇ ਅਰਦਾਸਾਂ ਦੀ ਕਿਉਂ ਜ਼ਰੂਰਤ ਹੈ? ਕਿਉਂਕਿ ਉਹਦੀ ਸਹਾਇਤਾ ਦੀ ਕਾਰਨ ਹੁੰਦਿਆਂ ਹੋਇਆਂ, ਜ਼ਰੀਆ ਹੁੰਦਿਆਂ ਹੋਇਆਂ ਦੀ ਲੋੜ ਹੈ। ਬਾਬਾ ਕਬੀਰ ਕਹਿਣ ਲੱਗੇ, ਕਬੀਰ ਕਾਰਨ ਬੱਪੜਾ ਕਿਆ ਕਰੇ, ਜੋ ਰਾਮ ਨ ਕਰੇ ਸਹਾਇ। ਰੱਬ ਦੀ ਰਹਿਮਤ ਬਣ ਗਈ, ਮੇਰੇ ਇਹ ਜ਼ਰੀਏ, ਮੇਰੇ ਇਹ ਭੇਖ ਤੈਨੂੰ ਰੱਬ ਤੱਕ ਨਹੀਂ ਪਹੁੰਚਾ ਸਕਦੇ। ਕਹਿਣ ਲੱਗੇ ਮੇਰੇ ਇਹ ਭੇਖ ਨਹੀਂ ਪਹੁੰਚਾ ਸਕਦੇ, ਰੱਬ ਦੀ ਰਹਿਮਤ ਮੰਗ। ਕਬੀਰ ਕਾਰਨ ਬੱਪਰਾ ਕਿਆ ਕਰੇ, ਜੋ ਰਾਮ ਨਾ ਕਰੇ ਸਹਾਇ। ਜੇ ਉਹ ਸਹਾਇਕ ਨਹੀਂ ਹੋਵੇਗਾ ਕਿ ਕੋਈ ਭੇਖਧਾਰੀ ਤੈਨੂੰ ਰੱਬ ਤੱਕ ਨਹੀਂ ਪਹੁੰਚਾ ਸਕੇਗਾ। ਕਹਿਣ ਲੱਗੇ ਕਾਰਨ ਬੱਪਰਾ ਕਿਆ ਕਰੇ, ਜੋ ਰਾਮ ਨਾ ਕਰੇ ਸਹਾਇ। ਅੱਗੇ ਜਾ ਕੇ ਇੱਕ ਐਗਜ਼ਾਮਪਲ ਦਿੰਦੇ ਨੇ, ਕਹਿੰਦੇ ਨੇ ਮੈਂ ਬਾਰ ਬਾਰ ਪਰਖ ਪਰਖ ਕੇ ਦੇਖਿਆ, ਜੇ ਜੇ ਡਾਲੀ ਪੱਗ ਧਰੂੰ ਸੋਈ ਮੁਰ ਮੁਰ ਜਾਏ। ਜੇ ਮੈਂ ਕਿਸੇ ਵੀ ਸਾਧ ਸੰਤ ਦਾ ਭੇਖਧਾਰੀ ਦਾ ਸਹਾਰਾ ਲੈ ਕੇ ਉਸ ਉੱਚੇ ਸੁੱਚੇ ਰੱਬ ਨੂੰ ਮਿਲਣ ਲਈ ਆਪਣੀ ਅਵਸਥਾ ਉੱਚੀ ਕਰਨਾ ਚਾਹੀ ਤੇ ਨੇੜੇ ਹੋਇਆ, ਜਿਸ ਟਾਹਣੀ ਤੇ ਪੈਰ ਧਰਿਆ ਉਹ ਟਾਹਣੀ ਮੁੜ ਗਈ, ਉਹਨੇ ਭਾਰ ਨਹੀਂ ਬਰਦਾਸ਼ਤ ਕੀਤਾ। ਉਹਨੇ ਆਖਿਆ ਮੈਂ ਆਪ ਨਹੀਂ ਤੇਰਾ ਭਾਰ ਭਾਰ ਬਰਦਾਸ਼ਤ ਕਰਦੀ, ਤੈਨੂੰ ਲੈ ਕੇ ਕਿੱਥੇ ਉੱਪਰ ਜਾਵਾਂਗੀ। ਕਹਿਣ ਲੱਗੇ ਹਰ ਟਾਹਣੀ ਮੈਨੂੰ ਕਮਜ਼ੋਰ ਦੱਸੀ, ਹਰ ਟਾਹਣੀ ਮੈਨੂੰ ਕਮਜ਼ੋਰ। ਕਿਸੇ ਦਰਖਤ ਤੇ ਚੜ੍ਹਨਾ ਹੋਵੇ ਉੱਪਰਲੀ ਟੀਸੀ ਤੇ ਇੱਕ ਇੱਕ ਟਾਹਣੀ ਕਰਕੇ ਹੀ ਚੜ੍ਹਿਆ ਜਾਂਦਾ ਨਾ, ਹਰ ਟਾਹਣੀ ਦੇ ਸਾਥ ਦੀ ਲੋੜ ਹੈ। ਕਹਿਣ ਲੱਗੇ ਇਹ ਸਾਧ ਸੰਗਤ ਦੇ ਵਿੱਚ, ਇਹ ਉੱਚੀ ਅਵਸਥਾ ਵਾਲੇ ਅਖਵਾਉਣ ਵਾਲੇ ਭੇਖਧਾਰੀਆਂ ਵਿੱਚ ਜਿਹੜੇ ਇਹ ਆਖਦੇ ਸਨ ਰੱਬ ਸਾਡੇ ਰਾਹੀਂ ਮਿਲ ਸਕਦਾ, ਅਸੀਂ ਰੱਬ ਬਾਰੇ ਤੈਨੂੰ ਦੱਸ ਪਾ ਸਕਦੇ ਹਾਂ, ਰੱਬ ਨੂੰ ਅਸੀਂ ਜਾਣਦੇ ਹਾਂ ਪ੍ਰਭੂ ਕੀ ਹੈ। ਕਹਿਣ ਲੱਗੇ ਜਦੋਂ ਮੈਂ ਇਹਨਾਂ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਤੇ ਜਿਸ ਜਿਸ ਡਾਲੀ ਤੇ ਵੀ, ਜਿਸ ਜਿਸ ਟਾਹਣੀ ਤੇ ਵੀ ਪੈਰ ਧਰਿਆ ਮੈਨੂੰ ਇਹ ਅੱਗੇ ਲੈ ਜਾਵੇਗੀ, ਉਹ ਟਾਹਣੀ ਨੇ ਹੱਥ ਖੜੇ ਕਰ ਦਿੱਤੇ। ਉਹਦੇ ਵਿੱਚ ਇੰਨੀ ਕਮਜ਼ੋਰੀ ਆ ਗਈ ਕਿ ਉਹ ਮੇਰਾ ਭਾਰ ਹੀ ਬਰਦਾਸ਼ਤ ਨਹੀਂ ਕਰ ਸਕੀ। ਬਾਬਾ ਕਬੀਰ ਕਹਿਣ ਲੱਗੇ, ਜੋ ਰਾਮ ਨਾ ਕਰੇ
जय जय डाली पग धरो जय जय डाली पग धरो सोई मुरमुर जा
आई हुई सच्चाई है कि जदों शोहरत ते दौलत इकट्ठ देखदे न मनुख दुआले रब भुल जांदे न, उदों फिर अपना वो आदर्श जिस लै के जिस आदर्श नू लै के घरों निकलिया हुंदा है वो आदर्श भुल, पर लोग जड़े ने वो उस गल नू याद रखते ने, इन्ने भोले हुंदे ने, वो कहते नहीं रब नू मिलन लई निकले, असीं उहदे पिछे लग के पर पहुंच जावांगे। जरिया है, जरिया है, कारण है, पर बाबा कबीर जी ने आख्या कारण वपरा क्या करे, जो राम न करे सहाय जे जे डाली पग धरो, पर यो सहारा भी हुंदा लो जेड़ी डाली मजबूत होवे अटल होवे, गुरु दा शब्द अटल सच्चाई है। अज भी मैं एक लफ्ज़ सवेरे लिखे सन जिंदे सतगुरु ने आख्या है गुर का शब्द सदा सद अटला, गुरु का शब्द सदा सदा हमेशा वास्ते अटल है, जो कुछ उसने 500 वरा पहला आख्या वो ही 500 वरा बाद कभी उन्हें पुराना नहीं आख्या जा सकता, पुराना नहीं, सच पुराना होवे ना ही सीता कदे ना पटे, सच कभी पुराना नहीं होंदा, जड़ी चीज पुरानी हो जाती वो बदलनी पी थे नवी लियानी पी नवी ती लिया की इच्छा करी दी जो पहली चीज न पुरानी मन लीए, तो जे साडे कोल पुरानी बाणी का कंसैप्ट पुराना हो ही नहीं सकता यह विश्वास हो फिर सू नवी किसी सोच की लोड़ क्यों पवे। इन्हें शब्दों नाल खिमा दा जा चीखा फतेह बुलाओ वाहिगुरु जी का खालसा वाहिगुरु।